ਅੱਲਾਹ ਰਹਿਮਾਨ ਰਹੀਮ ਇਯਾ ਕਾ ਨਾਬੂਦੂ ਵਈਆ ਕਾ ਨਸਤਾਈਨ। ਅਸਲਾਮੁ ਅਲੈਕੁਮ ਜੀ। ਅੱਲਾਹ ਦੇ ਫਜ਼ਲ ਨਾਲ, ਅੱਲਾਹ ਦੇ ਕਰਮ ਨਾਲ ਉਮੀਦ ਆ ਤੁਸੀਂ ਵੀ ਖੈਰ ਖਰੀਅਤ ਨਾ ਹੋਵੋਗੇ। ਅੱਲਾਹ ਤਾਲਾ ਤੁਹਾਨੂੰ ਬਿਮਾਰੀਆਂ ਤੋਂ, ਪਰੇਸ਼ਾਨੀਆਂ ਤੋਂ ਮਹਿਫੂਜ਼ ਰੱਖੇ, ਆਮੀਨ। ਤੁਸੀਂ ਦੇਖਦੇ ਪਏ ਆਪਣਾ ਯੂਟਿਊਬ ਚੈਨਲ ਐਗਰੀ ਖਾਨੇਵਾਲ, ਮੈਂ ਆ ਮੁਹੰਮਦ ਇਮਰਾਨ। ਹਾਂਜੀ ਜੀ ਬਾਈ ਜੀ, ਆਪਣਾ ਕੁਛ ਤਾਂ ਵੀ ਰਾਤੀ ਪਾਣੀ ਦਾ ਵਾਰਾ ਸੀ ਅਤੇ ਆਹ ਆਪਾਂ ਰੌਣੀ ਕਰ ਦਿੱਤੀ ਇੱਧਰਲੀ ਸਾਈਡ 'ਤੇ, ਉੱਧਰਲੀ ਸਾਈਡ 'ਤੇ ਆਪਣੀ ਵੀ ਹਜੇ ਕਣਕ ਕੁਛ ਤਾਂ ਵੀ ਬੱਝੀ ਪਈ ਆ ਪਰਲੀ ਅਗਲੀ ਸਾਈਡ 'ਤੇ ਅੰਬਾਂ ਤੋਂ, ਅਤੇ ਕੁਛ ਬੰਨਣ ਵਾਲੀ ਆ ਇੱਧਰਲੀ ਸਾਈਡ ਤੋਂ। ਕੈਮਰਾਮੈਨ ਸਾਹਿਬ ਇੱਧਰ ਜ਼ਰਾ ਵੀ ਅੰਬਾਂ ਦੀ ਅਗਲੀ ਸਾਈਡ 'ਤੇ ਉਹ ਵੀ ਆਪਣਾ ਪੇੜ ਲੱਗਾ ਪਿਆ, ਉਦੋਂ ਜਿਹੜੀ ਅਗਲੀ ਫੀਲਡ ਆ ਉਹਦਾ ਵੀ ਆਪਣਾ ਵੀ ਪੇੜ ਲਵਾਉਣਾ ਵਾ, ਅਤੇ ਆਹ ਜਿਹੜਾ ਪੇੜ ਆ ਇਸ ਪੇੜ 'ਤੇ। ਹਾਂਜੀ ਜੀ ਬਾਈ ਜੀ, ਵੀ ਆਹ ਜਿਹੜਾ ਪੇੜ ਆ ਇਸ ਪੇੜ 'ਤੇ ਅੱਜ ਆਪਾਂ ਪਹਿਲੇ ਦਿਨ ਹੀ ਅੱਲਾਹ ਦੇ ਫਜ਼ਲ ਨਾਲ, ਅੱਲਾਹ ਦੇ ਕਰਮ ਨਾਲ ਅਲਹਮਦੁਲਿਲਾ ਵੀ ਥ੍ਰੈਸ਼ਰ ਲਾਈ ਆ, ਅਤੇ ਉਹਦਾ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ, ਅਤੇ ਆਪਾਂ ਗੰਦਮ ਕੱਢ ਵੀ ਕਣਕ ਵੀ ਕੱਢਦੇ ਹਾਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਅਤੇ ਜਿਹੜਾ ਕੰਮ ਹੈਗਾ ਉਹ ਦਿਖਾਉਂਦੇ ਹਾਂ, ਉਹ ਚੱਲਦੇ ਹਾਂ। ਮਾਸ਼ਾਅੱਲਾ ਭਰੀਆਂ, ਕਾਫੀ ਭਾਰੀਆਂ ਵਾ ਅਤੇ ਗੱਡੀਆਂ ਭਰੀਆਂ ਪਾਈਆਂ ਹੋਈਆਂ ਇਸ ਵਾਸਤੇ। ਬਾਈ ਜੀ, ਗੱਲ ਇਵੇਂ ਆ ਕਿ ਇਹ ਨਾ ਸਮਝਣਾ ਤੁਸੀਂ ਕਿ ਵੀਡੀਓ ਬਣਾਉਣ ਵਾਸਤੇ ਨਾ ਵੀ ਭਰੀਆਂ ਭੁਰੀਆਂ ਅਤੇ ਸਾਨੂੰ ਦਿਖਾਉਣ ਵਾਸਤੇ ਇਹ ਕੰਮ ਕਰਦਾ ਪਿਆ। ਨਹੀਂ ਬਾਈ, ਆਪਾਂ ਟ੍ਰੈਕਟਰ ਦੇ ਨਾਲ ਵੀ ਇੱਕ ਬੰਦਾ ਘੱਟ ਰੱਖੀਦਾ ਵਾ ਅਤੇ ਨਾਲ ਹੀ ਕੰਮ ਕਰੀਦਾ ਵਾ।
ਡਰਾਉਣੀ ਪੈਂਦੀ ਵੀ ਸੇਡ ਫੈਲਦੀਆਂ ਜਿੰਨੀਆਂ ਟ੍ਰੈਸ਼ਰਾਂ ਨਾ ਉਹਨਾਂ ਦੀ ਝੁੰਡੀ ਉਡਾਉਣੀ ਪੈਂਦੀ, ਨਹੀਂ ਤਾਂ ਦਾਣਿਆਂ ਦੇ ਵਿੱਚ ਜਾਂਦੀ ਆ ਅਤੇ ਜਿਹੜਾ ਵੀ ਦਾਣੇ ਉਡਾਉਂਦਾ ਬੰਦਾ ਨਹੀਂ ਉਹ ਉਡਾਉਂਦਾ ਅਤੇ ਫਿਰ ਦਾਣਿਆਂ 'ਚ ਘੁੰਡੀ ਜਾਂਦੀ ਹੈ। ਇਸ ਵਾਸਤੇ ਵੀ ਛਾਣਨਾ 'ਚ ਸਾਫ਼ ਰੱਖਣਾ ਚਾਹੀਦਾ ਵਾ। ਬਾਈ ਜੀ ਮੇਰੇ ਚੜ੍ਹਦੇ ਪੰਜਾਬ ਵਾਲੇ ਸਰਦਾਰ ਜੀ ਹੋਣੀ ਹੋ ਗਿਆ, ਬਾਈ ਜੀ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਲਾਮ ਹੋ ਗਿਆ, ਸਤਿ ਸ਼੍ਰੀ ਅਕਾਲ ਹੋ ਗਿਆ, ਆਈ ਲਵ ਯੂ ਹੋ ਗਿਆ ਮੇਰੀ ਤਰਫੋਂ ਅਤੇ ਬਾਈ ਜੀ ਲੈਂਦੇ ਪੰਜਾਬ ਵਾਲਿਆਂ ਨੂੰ ਇਸਲਾਮ ਹੋ ਗਿਆ, ਯੂਰਪ ਵਾਲਿਆਂ ਨੂੰ, ਕੈਨੇਡਾ ਵਾਲਿਆਂ ਨੂੰ, ਤੁਰਕੀ ਵਾਲਿਆਂ ਨੂੰ, ਦੁਬਈ ਵਾਲਿਆਂ ਨੂੰ, ਜਿਹੜੇ ਸਾਊਦੀਆ ਗਏ ਮੇਰੇ ਪਾਕਿਸਤਾਨ ਤੋਂ ਭਰਾ ਉਹਨਾਂ ਨੂੰ ਵੀ ਮੇਰੀ ਤਰਫੋਂ ਸਲਾਮ ਹੋ ਗਿਆ, ਜਿਹੜੀਆਂ ਮੇਰੀ ਨਵੀਆਂ ਵੀਡੀਓ ਵੇਖਦੇ ਆ, ਨਹੀਂ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਅਤੇ ਉਹ ਵੀ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਨ, ਲਾਈਕ ਕਰਨ, ਫੋਲੋ ਕਰੋ ਬਾਈ ਜੀ, ਤੁਸੀਂ ਕਮੈਂਟ ਦੇ ਵਿੱਚ ਸਲਾਹ ਦਾ ਇਜ਼ਹਾਰ ਲਾਜ਼ਮੀ ਦੱਸਿਓ। ਅਤੇ ਬਾਈ ਜੀ ਜਿਹੜੇ ਮੇਰੇ ਦੋਸਤ ਮੇਰੇ ਮਿੱਤਰ ਮੇਰੀਆਂ ਪੁਰਾਣੀਆਂ ਵੀਡੀਓ ਦੇਖਦੇ ਆ, ਅਗਰ ਉਹਨਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਬਾਈ ਜੀ ਤੁਸੀਂ ਵੀ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਫੋਲੋ ਕਰਿਓ, ਕਮੈਂਟ ਦੇ ਵਿੱਚ ਸਲਾਹ ਦਾ ਇਜ਼ਹਾਰ ਲਾਜ਼ਮੀ ਦੱਸਿਓ। ਅਤੇ ਬਾਈ ਜੀ ਇਹ ਤਾਂ ਅੱਲਾ ਦੇ ਫਜ਼ਲ ਨਾਲ ਅਤੇ ਅੱਲਾ ਦੇ ਕਰਮ ਨਾਲ ਵੀ ਨਾ ਸਾਰਾ ਦਿਨ ਵੀ ਅਤੇ ਸਾਰੀ ਰਾਤ ਵੀ ਪ੍ਰੈਸ਼ਰ ਤਾਂ ਚੱਲਦੀ ਰਹਿੰਦੀ ਆ। ਆਪਣਾ ਕੋਈ ਇਹ ਮਕਸਦ ਨਹੀਂ ਕਿ ਆਪਾਂ ਸਾਰੀ ਡਿਟੇਲ ਹੀ, ਯਾਨੀ ਕਿ ਵੀ ਪੇੜ ਸ਼ੁਰੂ ਹੋਇਆ ਜਾਂ ਭਰੀਆਂ ਇਕੱਠੀਆਂ ਹੋਈਆਂ ਅਤੇ ਪੇੜ ਨਿਕਲ ਗਿਆ ਜੀ, ਹੁਣ ਪੇੜ ਇਕੱਠਾ ਹੁੰਦਾ ਪਿਆ, ਉਹ ਸਾਰੀ ਆਪਾਂ ਨਹੀਂ ਦਿੰਦੇ, ਆਪਾਂ ਤੁਹਾਨੂੰ ਸਾਰੀ ਡਿਟੇਲ ਆਲ ਟੂ ਆਰ ਹੀ ਸਾਰੀ ਦਿਖਾਤੀ ਵੀਡੀਓ ਦੇ ਵਿੱਚ। ਅਤੇ ਬਾਈ ਜੀ ਆਪਣਾ ਖਿਆਲ ਰੱਖਣਾ, ਦੁਆਵਾਂ 'ਚ ਮੈਨੂੰ ਯਾਦ ਰੱਖਣਾ, ਅੱਲਾ ਹਾਫਿਜ਼।